ਲਓ ਜੀ ਦੇਖੋ, ਅਸੀਂ ਰੋਹੀ ਚੋਲਿਸਤਾਨ ਦੇ ਵਿੱਚ ਇਸ ਟਾਈਮ ਮੌਜੂਦ ਹਾਂ, ਰੋਹੀ ਦਾ ਰੇਗਿਸਤਾਨ। ਅਤੇ ਇੱਥੇ ਬਹੁਤ ਜ਼ਿਆਦਾ ਇਸ ਗਰਮ ਹਵਾ ਚੱਲਣ ਰਹੀ ਹੈ, ਬਹੁਤ ਜ਼ਿਆਦਾ ਗਰਮ ਹਵਾ। ਆਹ ਝੋਂਪੜੀਆਂ ਵਗੈਰਾ ਬਣਾਈਆਂ ਹੋਈਆਂ ਲੱਕੜ ਦੀਆਂ, ਇਹਨਾਂ ਦੇ ਵਿੱਚ ਯਾਨੀ ਕਿ ਰਹਿੰਦੇ ਆ। ਅਤੇ ਸਾਡੇ ਝਾੜੀਆਂ ਵਗੈਰਾ ਦੀਆਂ ਇਸ ਟਾਈਮ ਤਾਂ ਇੱਥੇ ਕੋਈ ਵੀ ਨਹੀਂ ਹੈ, ਲੇਕਿਨ ਜਦੋਂ ਇੱਥੇ ਬਾਰਿਸ਼ਾਂ ਵਗੈਰਾ ਹੋਈਆਂ ਉਸ ਟਾਈਮ ਸਾਰੇ ਜਿਹੜੇ ਦੂਰ ਦਰਾਜ਼ ਗਏ ਹੁੰਦੇ ਆ ਛਾਂ ਵਗੈਰਾ ਅਤੇ ਠੰਡੇ ਇਲਾਕੇ 'ਚ, ਉਹ ਦੁਬਾਰਾ ਫਿਰ ਆਪਣਾ ਮਾਲ ਲੈ ਕੇ ਇਸ ਜਗ੍ਹਾ 'ਤੇ ਫਿਰ ਆ ਕੇ ਯਾਨੀ ਕਿ ਇੱਥੇ ਰਹਿਣ ਲੱਗ ਪੈਂਦੇ। ਇਸ ਟਾਈਮ ਗਰਮੀ ਬਹੁਤ ਜ਼ਿਆਦਾ, ਅਗਰ ਬਾਰਿਸ਼ ਹੋ ਜਾਵੇ ਤਾਂ ਦਸਤੀ ਇੱਥੇ ਪਹੁੰਚ ਜਾਂਦੇ ਆ। ਆਹ ਬਾਲਣ ਵਗੈਰਾ ਇਕੱਠਾ ਕੀਤਾ ਉਹਨਾਂ ਨੇ, ਅਤੇ ਇਹ ਰੋਟਾ ਲੱਗੇ ਪਕਾਉਣ, ਖਾਣੇ ਤੁਹਾਨੂੰ ਕਿਸ ਤਰ੍ਹਾਂ ਬਣਾਉਂਦੇ ਆ। ਆਹ ਬਾਲਣ ਵਗੈਰਾ ਇਕੱਠਾ ਕਰਕੇ ਲਏ ਆ ਬੜੀ ਮੁਸ਼ਕਿਲ, ਆਸੇ ਪਾਸੋਂ ਝਾੜੀਆਂ ਵਗੈਰਾ ਸੁੱਕੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਹੋਈਆਂ। ਝੋਂਪੜੀ ਵਗੈਰਾ ਬਣਾਈ ਹੋਈ ਆ ਬੜੀ ਇਹਨਾਂ ਠੰਡੀ ਛਾਂ, ਬਾਹਰ ਤਾਂ ਗਰਮ ਹਵਾ ਵਾ, ਤੁਸੀਂ ਦੇਖ ਸਕਦੇ ਹੋ ਚੱਲਣ ਦੀ ਬਹੁਤ ਤੇਜ਼। ਉਹ ਝੋਂਪੜੀਆਂ ਵਗੈਰਾ ਬਣੀਆਂ ਹੋਈਆਂ, ਗੁਸ਼ਾ ਬਣੀਆਂ ਹੋਈਆਂ, ਲੱਗੇ ਆਟਾ ਗੁੰਨਣ ਰੋਟੇ ਵਾਸਤੇ। ਅੱਛਾ ਭਾਈ, ਆਟਾ ਗੁੰਨ ਰਹੇ ਹੋ, ਇਹਦੇ ਵਾਸਤੇ ਇਹ ਕਿਹੜੀ ਚੀਜ਼ ਬਣਾਉਣ ਲੱਗੇ? ਰੋਟਾ। ਇਹ ਭਾਜੀ ਰੇਤ ਦੇ ਉੱਤੇ ਬਣੇਗਾ, ਕੋਈ ਤਵਾ ਕੋਈ ਚੀਜ਼ ਕੁਛ ਨਹੀਂ, ਕੋਈ ਸ਼ੈ ਨਹੀਂ, ਰੇਤ ਦੇ ਉੱਤੇ ਬਣੇਗਾ। ਇਹ ਪਾਣੀ ਦੀ ਗੇਲਣ ਦੇਖੋ ਭਾਈ, ਇਹਦੇ 'ਚ ਇਹ ਉੱਤੇ ਕੱਪੜਾ ਛੱਪੜਾ ਬਣਾਉਣਾ, ਦਾ ਕੀ ਮਤਲਬ ਮਕਸਦ ਹੈ? ਮਕਸਦ ਇਹ ਜੇ ਠੰਡਾ ਰਹਿੰਦਾ ਹੈ ਪਾਣੀ। ਅੱਛਾ, ਇਹਨੂੰ ਫਸਾ ਦਿੰਦੇ ਹਾਂ, ਇਹ ਮਸਨੂਈ ਫਰਿੱਜ ਇਹਨਾਂ ਦੀ ਇਸਤੇਮਾਲ ਕਰਦੇ। ਮਤਲਬ ਕਿ ਇਹ ਤੁਹਾਡੀ ਇਹ ਐਸੀ ਫਰਿੱਜ ਆ ਜਿਹੜੀ ਬਗੈਰ ਬਿਜਲੀ ਤੋਂ ਬਗੈਰ ਕਿਸੇ ਸ਼ਾਇਦ ਚੱਲਦੀ। ਤੂੰ ਬਾਹਰ ਕਾਰਵਾਈ ਪਾਈ ਜਾਂਦਾ, ਆਟਾ ਵਗੈਰਾ ਰੋਟੇ ਵਾਸਤੇ ਤਿਆਰ ਹੋ। ਵੀਡੀਓ ਜਦੋਂ ਬਣਦੀ ਪਈ ਨਾ ਬਣ, ਉਦੋਂ ਨਾ ਬੋਲਿਆ ਵੀਡੀਓ ਟਾਈਮ ਵੀਡੀਓ ਰੋਟੇ ਵਾਸਤੇ ਬਾਲਣ ਤਿਆਰ ਕਰਨ ਲਈ ਕੋਲਾ ਵਗੈਰਾ। ਉਸ ਤੋਂ ਬਾਅਦ ਇੱਥੇ ਜ਼ਮੀਨ ਦੇ ਉੱਤੇ ਖੁਸ਼ਕ ਸਾਲੀ ਹਰ ਪਾਸੇ। ਆਟੇ ਦੀ ਗੁਨਾਈ ਹੋ ਰਹੀ, ਇੱਧਰੋਂ ਭਾਈ ਅੱਗੇ ਅੱਗੇ ਸੇਕ ਥੋੜ੍ਹਾ ਜਿਹਾ ਉੱਤੋਂ, ਤੁਸੀਂ ਅੱਗ ਬਾਲ ਦਿੱਤੀ, ਅੱਗ ਬਾਲ ਕੇ ਹੋਰ ਸੇਕ ਮਚਾ ਦਿੱਤਾ ਐਨ। ਚੱਲ ਕੇ ਮੇਰੇ ਘਰ ਗਏ,
ਇੱਥੇ ਲੈ ਕੁਛ ਨਹੀਂ ਆਇਆ ਪਾਣੀ ਨੂੰ ਫੁੱਲ ਕੀ ਤਾਨੂੰ ਫੁੱਲ ਕੀ ਇੰਨੇ ਆਟੇ ਦੀ ਇੱਕ ਰੋਟੀ ਇੰਨੇ ਆਟੇ ਦੀ ਅਸੀਂ ਹੁਣ ਕਿੱਥੋਂ ਤਵਾ ਲਈਏ ਕਿੱਥੋਂ ਬਣਾਈਏ ਦੋ ਦੋ ਚਾਰ ਚਾਰ ਰੋਟੀ ਅੱਛਾ ਇੱਕੋ ਬਣਾ ਦਿੰਦੇ ਹਾਂ ਇਹ ਕੀ ਬਣਦਾ ਹੈ ਪਹਿਲੇ ਵਿਛਾ ਜਲਦੀ ਦੀ ਨਹੀਂ ਜਿਸ ਟਾਈਮ ਅਸੀਂ ਉੱਥੇ ਮਿੱਟੀ ਦੇ ਉੱਤੇ ਪਕਾਉਣਾ ਮਿੱਟੀ ਨਹੀਂ ਲੱਗਣੀ ਨਹੀਂ ਅੱਛਾ ਪਹਿਲੇ ਵਿਛਾ ਜਲਦੀ ਦੀ ਯਾਰ ਬਸ ਰੋ ਆਵੇ ਤਾਂ ਵਟਸਐਪ ਕਰਨੀਆਂ ਹੈ ਨਹੀਂ ਕਰਨੀਆਂ ਫਿਰ ਮੈਂ ਆਪਣੇ ਬਣਾ ਦੇਣਾ ਤੁਹਾਡੇ ਕੰਮ ਦੇ ਰਹਿਣੀ ਆਵਾਜ਼ ਹੀ ਵਾ ਪਾਣੀ ਲੈ ਕੇ ਮੈਂ ਪਾਉਣਾ ਵਾ ਕਿਉਂ ਬੈਲ ਗਰਮ ਹੋਣ ਦਿਆ ਯਾਰ ਖਰਾਬ ਕਰ ਦਿੰਦੇ ਕੋਲੇ ਰੋਟੀ ਤੋਂ ਹਟਾ ਦਿੱਤੇ ਗਏ ਆ ਰੋਟੇ ਤੋਂ ਉਬਲਦੀ ਦੇ ਰੋਟੀ ਵਿੱਚ ਦੇਖੋ ਕਿਵੇਂ ਉਬਲਦੀ ਪਈ ਵਿੱਚ ਚੈੱਕ ਕਰ ਰਹੇ ਹੱਥ ਲਾ ਲਾ ਕੇ ਵੀ ਕਿੱਥੋਂ ਕੱਚੀ ਹੈ ਕਿੱਥੋਂ ਪੱਕੀ ਹੈ ਗਰਮ ਰੋਟੀ
ਇਹ ਪਈ ਰੇਤ ਵਾਲੀ ਰੋਟੀ, ਹੁਣ ਸਾਫ ਕਰਾਂਗੇ। ਇਹ ਮਿੱਟੀ ਜਿਹੜੀ ਆ ਉਤਰ ਜਾਣਗੀ। ਅੱਛਾ, ਕੋਈ ਮਿੱਟੀ ਸ਼ਟੀ ਉੱਤੇ ਕੁਛ ਨਹੀਂ ਰਹਿਣਾ। ਬਣਾ ਲੈ ਤਸੱਲੀ ਨਾਲ ਬਣਾ ਲਈ ਬੰਦ ਹੋਈ।